ਡੈਡੀ ਨੂੰ ਖਾਣਾ ਕੋਈ ਗੱਲ ਨੀ ਆ, ਇਹਨੇ ਕਿਤੇ ਬਾਅਦ ਮਿਲਣਾ ਨੀ। ਡਿਊਟੀ ਦੌਰਾਨ ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਸ਼ਹੀਦ ਹੋ ਗਿਆ। ਅੱਜ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਗਿਆ। ਤਾਹਾਂ ਮਾਰ ਮਾਰ ਕੇ ਪਰਿਵਾਰ ਵਾਲੇ ਰੋ ਰਹੇ ਨੇ। 4 ਸਾਲ ਬਾਅਦ ਇਹ ਫੌਜੀ ਜਵਾਨ ਮਾਸੂਮ ਬੱਚੇ ਦਾ ਪਿਤਾ ਬਣਿਆ ਸੀ, ਤਾਂ ਹੁਣ ਉਹ ਫੌਜੀ ਜਵਾਨ ਦੇਸ਼ ਦੀ ਰਾਖੀ ਕਰਦਾ ਹੋਇਆ ਸ਼ਹਾਦਤ ਦਾ ਜਾਮ ਪੀ ਗਿਆ। ਅਚਾਨਕ ਡਿਊਟੀ ਦੌਰਾਨ ਉਸਨੂੰ ਦਿਲ ਦਾ ਦੌਰਾ ਪਿਆ, ਜਿਸ ਕਰਕੇ ਉਹ ਸ਼ਹੀਦ ਹੋ ਗਿਆ। ਅਜਨਾਲਾ ਦੇ ਪਿੰਡ ਹਰੜ ਕਲਾਂ ਦੇ ਵਿੱਚ ਸੋਗ ਦੀ ਲਹਿਰ ਹੈ ਔਰ ਦੂਜੇ ਬੰਨੇ ਪਿੰਡ ਵਾਸੀਆਂ ਨੂੰ ਮਾਣ ਹੈ ਕਿ ਉਹਨਾਂ ਦੇ ਪਿੰਡ ਦਾ ਜਵਾਨ ਦੇਸ਼ ਦੀ ਰਾਖੀ ਕਰਦਾ ਸ਼ਹੀਦ ਹੋ ਗਿਆ। ਜੰਮੂ ਕਸ਼ਮੀਰ ਦੇ ਵਿੱਚ ਡਿਊਟੀ ਕਰਦਾ ਸੀ, ਛੁੱਟੀ ਕੱਟ ਕੇ ਡਿਊਟੀ ਤੇ ਪਰਤਿਆ ਸੀ। ਥੋੜਾ ਸਮਾਂ ਪਹਿਲਾਂ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਕੀਤੀ, ਉਦੋਂ ਚੰਗਾ ਭਲਾ ਸੀ, ਪਰ ਅਚਾਨਕ ਹਾਰਟ ਅਟੈਕ ਆਇਆ ਤੇ ਫੌਜੀ ਜਵਾਨ ਦੇਸ਼ ਦੀ ਸਰਹੱਦ ਤੇ ਹੀ ਸ਼ਹੀਦ ਹੋ ਗਿਆ। ਅਜਨਾਲਾ ਦੇ ਪਿੰਡ ਹਰੜ ਕਲਾਂ ਦਾ ਇਹ ਫੌਜੀ ਜਵਾਨ ਸ਼ਹੀਦ ਨਾਇਕ ਹਰਵੰਤ ਸਿੰਘ ਰਹਿਣ ਵਾਲਾ ਸੀ, ਤਾਂ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਰਸਮਾਂ ਹੋਈਆਂ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਐਤਵਾਰ ਨੂੰ ਛੁੱਟੀ ਉਪਰੰਤ ਆਪਣੀ ਡਿਊਟੀ ਤੇ ਵਾਪਸ ਗਿਆ ਸੀ। ਹਰਵੰਤ ਸਿੰਘ ਦੀ ਸ਼ਹਾਦਤ ਤੇ ਪੂਰੇ ਪਰਿਵਾਰ ਅਤੇ ਪਿੰਡ ਨੂੰ ਮਾਣ ਹੈ। ਸ਼ਹੀਦ ਹਰਵੰਤ ਸਿੰਘ 8 ਸਿਖਲਾਈ ਫਤਿਹਪੁਰ ਬਟਾਲੀਅਨ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ। ਅੱਜ ਸ਼ਹੀਦ ਨਾਇਕ ਹਰਵੰਤ ਸਿੰਘ ਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਪਹੁੰਚੀ ਤਾਂ ਪੂਰੇ ਪਿੰਡ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਔਰ ਇਸ ਸ਼ਹੀਦ ਦਾ ਭਰਾ ਤੇ ਇਸਦਾ ਪਿਤਾ ਵੀ ਫੌਜ ਦੇ ਵਿੱਚ ਨੌਕਰੀ ਕਰਦੇ ਨੇ ਔਰ ਪਿਤਾ ਨੌਕਰੀ ਕਰ ਚੁੱਕੇ ਨੇ। ਮੇਰਾ ਵੀਰ ਭਲਵਾਨ ਸੀ ਕਬੱਡੀ ਦਾ, 8 ਸਿਖਲਾਈ ਦਾ ਮੇਰਾ ਵੀਰ ਭਲਵਾਨ ਸੀ, ਸਾਰੀ ਯੂਨਿਟ ਸ਼ਿਫਤ ਕਰਦੀ ਆ। ਮੇਰਾ ਵੀਰ ਇੱਦਾਂ ਹੀ ਅਟੈਕ ਹੋ ਕੇ ਮਰ ਗਿਆ, ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ। ਉਹ ਮੇਰਾ ਬੱਬਰ ਸ਼ੇਰ ਹੀ ਵੀਰ ਸੀ, ਦੋਵੇਂ ਭਰਾ ਇਕੱਠੇ ਚਲਾਣ ਚੱਲਦੇ ਸੀਗੇ। ਮੇਰੇ ਵੀਰ ਦੇ ਅੜੇ ਅੜੇ ਤਕੜੇ ਡੌਲੇ ਸੀ, ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ, ਜਾਣਕੀ ਆਊਟ ਪਾਸ ਆਇਆ ਸੀ, ਆਊਟ ਪਾਸ ਆਇਆ ਸੀਗਾ ਮੇਰਾ ਵੀਰ, ਸ਼ਨੀ ਐਤਵਾਰ ਆਊਟ ਪਾਸ ਆਇਆ ਸੀ। ਆਪਣੇ ਮੁੰਡੇ ਦਾ ਮਿਲ ਕੇ ਗਿਆ, ਉਹਨੂੰ ਕਹਿੰਦਾ ਮੈਂ ਉਹਦਾ ਉਹ ਤੇਂਦੂਆ ਕਟਾਉਣਾ ਵਾ, ਅਤੇ ਮੇਰੇ ਨਾਲ ਗੱਲ ਕੀਤੀ ਵੀਰ, ਕਹਿੰਦਾ ਇੱਥੇ ਧਿਆਨ ਨਾਲ ਰਹੀਂ, ਇੱਥੇ ਖਤਰਾ ਬੜਾ ਹੀ, ਇੱਥੇ ਆਪਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਾਣਾ ਆ। ਮੈਨੂੰ ਕਹਿੰਦਾ ਇੱਥੇ ਨਸ਼ਹਿਰੇ ਖਤਰਾ ਬੜਾ ਹੀ, ਜਿੱਥੇ ਤੇਰੀ ਜੁੰਟਿਆ ਆਉਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ, ਬੜਾ ਫੈਰ ਆਉਂਦਾ ਇੱਥੇ। ਮੇਰੇ ਨਾਲ ਸ਼ਨੀ ਐਤਵਾਰ ਹੋਈ ਮੇਰੇ ਨਾਲ ਗੱਲ, ਮੈਨੂੰ ਕਹਿੰਦਾ ਇੱਥੇ ਧਿਆਨ ਨਾਲ ਰਹੀ, ਮੇਰੇ ਨਾਲ ਧਿਆਨ ਨਾਲ ਰਹੀ, ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਸ਼ਹਿਰੇ, ਕਹਿੰਦਾ ਇਹ ਤਾਂ ਮੈਂ ਜੁੰਟ 'ਚ ਰਹਿ ਕੇ ਗਿਆ, ਇੱਥੇ ਬਹੁਤ ਫੈਰ ਆਉਂਦਾ ਆ। ਮੈਨੂੰ ਕਹਿੰਦਾ ਧਿਆਨ ਨਾਲ ਰਹੀ, ਇੱਥੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚੱਲ ਗਿਆ, ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ, ਮੈਨੂੰ ਫਖਰ ਆ, ਮੇਰੇ ਪੂਰੇ ਪਰਿਵਾਰ ਨੂੰ ਫਖਰ ਆ, ਮੇਰਾ ਦੇਸ਼ ਵੀ ਸ਼ਹੀਦ ਹੋਇਆ, ਮੇਰਾ ਵੀਰ, ਮੇਰਾ ਡੈਡੀ ਵੀ ਫੌਜੀ ਸੀਗਾ, ਡੈਡੀ ਮੇਰੇ ਵੀ ਫੌਜੀ ਸੀਗੇ, ਮੈਂ ਵੀ ਫੌਜੀ ਹਾਂ, ਮੇਰੀ 3 ਸਿਖਲਾਈ ਯੂਨਿਟ ਆ। ਮੇਰੇ ਵੀਰ ਨੂੰ ਪੂਰਾ ਗਰਵ ਆ ਦੇਸ਼ ਦੇ, ਪੂਰਾ ਮੇਰੇ ਪਰਿਵਾਰ ਨੂੰ ਗਰਵ ਆ। ਅੱਜ ਬੇਟਾ ਜੰਮੂ ਦੇ ਵਿੱਚ ਸ਼ਹੀਦ ਸਾਹਿਬ ਤੋਂ ਪ੍ਰਾਪਤ ਕੀਤੀ। ਮੇਰੇ ਪੁੱਤ ਨੇ ਸ਼ਹੀਦੀ ਲਈ ਜੋ ਕਿੰਨਾ ਚਿਰ ਹੋ ਗਿਆ ਫੌਜ ਭਰਤੀ ਕੀਤੀ? 3 ਸਾਲ ਸਾਰੇ ਰਹਿ ਗਏ ਹੋਰ ਖਤਮ ਹੀ ਸੀ। 15 ਸਾਲ
ਇਹਨਾਂ ਦੇ ਪਿਤਾ ਵੀ ਪਹਿਲਾਂ ਫੌਜ ਦੇ ਵਿੱਚ, ਕਿੰਨਾ ਮਾਣ ਮਹਿਸੂਸ ਕਰਦੇ ਜੋ? ਬੜਾ ਮਾਣ ਮਹਿਸੂਸ ਕਰਦੀ ਹਾਂ ਮੈਂ, ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਹਾਂ। ਮੇਰਾ ਪੁੱਤ ਮਾਣ ਨਾ ਆਇਆ ਹੈ, ਮੇਰਾ ਪੁੱਤ ਮਾਣ ਨਾ ਆਇਆ ਵਾ। ਛੋਟਾ ਪੁੱਤ ਵੀ ਦੇਸ਼ ਦੀ ਸੇਵਾ ਕਰ ਰਿਹਾ? ਹਾਂ, ਵੀ ਦੇਸ਼ ਦੀ ਸੇਵਾ ਕਰਦਾ ਵਾ, ਉਹ ਵੀ ਦੇਸ਼ ਦੀ ਸੇਵਾ ਕਰਦਾ। ਅਖੀਰਲੀ ਵਾਲੀ ਕਦੋਂ ਗੱਲ ਹੋਈ ਤੁਹਾਡੀ, ਕੋਈ ਗੱਲਬਾਤ ਹੋਈ? ਕੱਲ ਮੇਰੀ 2:30 ਵਜੇ ਗੱਲ ਹੋਈ, ਤੇ ਸਵੇਰੇ ਵੀ 12:00 ਵਜੇ ਵੀ ਕੀਤੀ ਆ, ਤੇ 1:30-2:30 ਵਜੇ ਵੀ ਕੀਤੀ ਹੈ, ਵੀਡੀਓ ਕਾਲ ਕੀਤੀ ਮੇਰੇ ਨਾਲ। ਮੈਨੂੰ ਆਉਂਦਾ ਮਾਂ ਕੀ ਕਰਨ ਡਈ, ਮੈਂ ਰੋਟੀ ਖਾਣ ਲੱਗੀ ਪੁੱਤ, ਰੋਟੀ ਖਾਣ ਡਈ ਹਾਂ ਮੈਂ, ਮੇਰੇ ਪੁੱਤ ਦੀ ਗੱਲ ਹੋਈ, ਵੀਡੀਓ ਕਾਲ ਕੀਤੀ ਹੈ। ਉਦੋਂ ਬਾਅਦ ਆਈ ਹੋਈ ਮੈਂ, ਉਦੋਂ ਠੀਕ ਠਾਕ ਸੀ? ਉਦੋਂ ਠੀਕ ਠਾਕ ਸੀ। ਬੇਟਾ ਵਿਆਹ ਸੀ? ਇਹ ਵਿਆਹਿਆ ਬੇਟਾ, ਕਾਕਾ ਦਾ। ਪਤਾ ਲੱਗਾ ਕਿਵੇਂ ਉੱਥੇ ਮੌਤ ਹੋਈ? ਮੌਤ ਮੈਂ ਉਹ ਵੀ ਇੱਥੇ ਮੁੰਡਾ ਸਾਡਾ, ਉਹ ਉਹਨੂੰ ਪਤਾ, ਮੈਨੂੰ ਤਾਂ ਇਹਨਾਂ ਦੱਸਿਆ ਹੀ ਨਹੀਂ, ਪੁੱਤ ਮੇਰਿਆ ਆਂਦੇ ਅਟੈਕ ਹੋ ਗਿਆ, ਪਤਾ ਨਹੀਂ ਲੱਗਦਾ ਕੀਤਾ, ਇਹਨੂੰ ਪਤਾ ਮੁੰਡਿਆਂ ਨੂੰ ਇਹਨਾਂ ਇਹ ਹੀ ਉੱਥੇ। ਇਹ ਜਵਾਨ 8 ਸਿਖਲਾਈ ਫਤਿਹਪੁਰ ਬਟਾਲੀਅਨ ਦਾ ਜਵਾਨ ਆ, ਤਕਰੀਬਨ ਸਾਡੀ ਯੂਨਿਟ ਸ਼ਾਮ ਬਾਅਦ ਡਿਪਲਾਈ, ਅਤੇ ਕੱਲ੍ਹ 5:00 ਵਜੇ ਦੀ ਮਤਲਬ ਖਬਰ ਮਿਲੀ ਕਿ ਤਾਂ ਡਿਊਟੀ ਦੇ ਦੌਰਾਨ ਗਿਰ ਗਿਆ, ਡਿੱਗਣ ਤੋਂ ਬਾਅਦ 'ਚ ਇਹਨੂੰ ਹੋਸਪਿਟਲ ਲੈ ਕੇ ਕਿਤੇ ਡਾਕਟਰ ਨੇ ਡੈਡ ਕੁਛ ਕਰ ਦਿੱਤਾ। ਕਾਰਨ ਪਤਾ ਲੱਗਾ ਕੀ? ਕਾਰਨ ਕੁਛ ਨਹੀਂ, ਮਤਲਬ ਹਾਰਟ ਅਟੈਕ ਦੀ, ਹਾਰਟ ਅਟੈਕ ਦੀ। ਡਿਊਟੀ ਤੁਹਾਡੇ ਨਾਲ ਤਾਂ ਨਾ ਸੀ, ਅਤੇ ਕਿਵੇਂ ਦਾ ਬਿਹੇਵ? ਤਕਰੀਬਨ 10-11 ਸਾਲ ਨੌਕਰੀ ਹੈ ਜੀ, ਉਹ ਬਿਹੇਵੀਅਰ ਤਾਂ ਬਹੁਤ ਹੀ ਇਹੋ ਜਿਹੇ ਜਵਾਨ ਫੌਜ ਵਿੱਚ ਆਉਣੇ ਅੱਗੇ ਤੋਂ ਮੁਸ਼ਕਿਲ ਹੀ ਹੈ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ, ਪਰ ਇਸ ਤਰ੍ਹਾਂ ਦੇ ਮੋਟੀਵੇਟਡ ਜਵਾਨ ਬਹੁਤ ਹੀ ਘੱਟ ਮਿਲਦੇ ਆ। ਬਹੁਤ ਹੀ ਤਗੜਾ ਪਲੇਅਰ ਵੀ ਸੀ, ਰੈਸਲਰ ਵੀ, ਬੌਕਸਰ ਵੀ ਸੀ, ਬਹੁਤ ਹੀ ਵਧੀਆ ਡਿਊਟੀ ਪਾਈ ਗਈ ਜੀ, ਔਰ ਬਹੁਤ ਵਧੀਆ ਜਵਾਨ ਸੀ, ਬੜਾ ਇਮਾਨਦਾਰ ਬੰਦਾ। ਇੱਕ ਦੇਸ਼ ਨੂੰ ਘਾਟਾ ਪਿਆ, ਬਹੁਤ ਵੱਡੀ ਦੇਸ਼ ਨੂੰ ਤਾਂ ਪਿਆ ਹੀ ਪਿਆ, ਸਾਡੀ ਜੁਣ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਇਹਦਾ, ਕਿ ਇਸ ਤਰ੍ਹਾਂ ਦੇ ਜਵਾਨ ਅੱਗੇ ਤੋਂ ਸਾਨੂੰ ਸ਼ਾਇਦ ਨਾ ਹੀ ਮਿਲਣ। ਜਿਵੇਂ ਦੇਖਦੇ ਕਿ ਇਹਦੇ ਪਿਤਾ ਵੀ ਫੌਜ 'ਚ, ਇੱਕ ਛੋਟਾ ਭਰਾ ਵੀ ਫੌਜ 'ਚ, ਆਪ ਵੀ ਫੌਜ, ਸਾਰਾ ਪਰਿਵਾਰ ਹੀ ਜੀ, ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਨੂੰ? ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ, ਜੋ ਵੀ ਆਪਣਾ ਇਹਨਾਂ ਦਾ ਬੰਦਾ, ਉਹ ਦਵਾਇਆ ਜਾਊਗਾ ਜੋ ਵੀ ਹੈਗਾ। ਠੀਕ ਜੀ।